ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦੀ ਛੋੜ ਦਿਵਸ ਅੱਜ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਮਨਾ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਪੰਜਾਬ ਸਰਕਾਰ, ਪ੍ਰਸ਼ਾਸਨ, ਫੈਡਰੇਸ਼ਨ ਘੁੰਮਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕਰਕੇ ਇਸ ਸਮਾਗਮ ਨੂੰ ਅਮਨ ਸ਼ਾਂਤੀ ਦੇ ਵਿੱਚ ਸੰਪੂਰਨ ਕਰਵਾਇਆ ਹੈ। ਔਰ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਦੀ ਮਿਲ ਬੈਠ ਕੇ ਪੰਥਕ ਮਸਲਿਆਂ ਦੇ ਹੱਲ ਵਾਸਤੇ ਜ਼ਰੂਰੀ ਉਪਰਾਲੇ ਕਰੀਏ। ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਦੇ ਸੰਬੰਧ ਵਿੱਚ ਕੋਈ ਠੋਸ ਕਦਮ ਚੁੱਕ ਕੇ ਉਪਰਾਲੇ ਕਰਕੇ ਬੇਅਦਬੀਆਂ ਰੋਕਣ ਦਾ ਯਤਨ ਕੀਤਾ ਜਾਵੇ। ਔਰ ਸਮੁੱਚੀ ਕੌਮ ਦੇ ਵੱਲੋਂ ਇਹ ਉਪਰਾਲੇ ਕੀਤੇ ਜਾਣ ਕੇ ਜਿਹੜੇ ਦੋਸ਼ੀ ਬੇਅਦਬੀਆਂ ਕਰਨ ਵਾਲੇ ਨੇ ਜਾਂ ਬਾਈਬਲ ਕਾਂਡ ਦੇ ਕਾਤਲ ਨੇ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਵਾਈਆਂ ਜਾਣ। ਔਰ ਗੁਰੂ ਘਰਾਂ ਦੇ ਵਿੱਚ ਜਿਸ ਤਰ੍ਹਾਂ ਕਈ ਵਾਰੀ ਪਹਿਲਾਂ ਵੀ ਇਹ ਕਿਹਾ ਗਿਆ ਹੈ ਕਿ ਪਹਿਰਿਆਂ ਨੂੰ ਯਕੀਨੀ ਬਣਾਇਆ ਜਾਵੇ, CCTV ਕੈਮਰੇ ਲਗਾਏ ਜਾਣ, ਔਰ ਜੋ ਨਸ਼ੇ ਅਤੇ ਪਤਤ ਪੁਣੇ ਦੀ ਅਲਾਮਤ ਹੈ ਇਸ ਦੀ ਕੈਦ ਵਿੱਚ ਬਹੁਤ ਨੌਜਵਾਨ ਬੱਚੇ ਬੱਚੀਆਂ ਜਕੜੇ ਹੋਏ ਨੇ। ਅਸੀਂ ਈਰਖਾ ਦੇ ਕਿਲੇ ਵਿੱਚ ਕੈਦ ਹੋਏ ਹਾਂ। ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਦੇ ਵਾਸਤੇ ਸਾਨੂੰ ਆਪਣੇ ਆਪਣੇ ਗਰੀਬਾਨ ਵਿੱਚ ਝਾਤੀ ਮਾਰਨ ਦੀ ਲੋੜ ਹੈ, ਤਾਂ ਕਿ ਅਸੀਂ ਆਪਣੇ ਜਿਹੜੇ ਸਾਡੇ ਵਿੱਚ ਬੁਰਾਈਆਂ ਨੇ, ਔਗਣ ਨੇ, ਉਹਨਾਂ ਨੂੰ ਕੱਢ ਕੇ ਸਮੁੱਚੀ ਮਾਨਵਤਾ ਦੇ ਭਲੇ ਦੇ ਵਾਸਤੇ, ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਕਾਰਜ ਕਰਵਾ ਸਕੀਏ। ਔਰ ਜੋ ਪਿੰਡਾਂ ਦੇ ਵਿੱਚ ਥਾਂ ਥਾਂ 'ਤੇ ਸ਼ਰਾਬਾਂ ਦੇ ਠੇਕੇ ਖੁੱਲ੍ਹ ਰਹੇ ਨੇ, ਉਹਨਾਂ ਨੂੰ ਬੰਦ ਕਰਵਾਉਣ ਵਾਸਤੇ ਵੀ ਸਾਨੂੰ ਉਪਰਾਲੇ ਕਰਨੇ ਚਾਹੀਦੇ ਨੇ। ਔਰ ਮਹਿੰਗਾਈ ਦੇ ਵਿੱਚ ਸਾਨੂੰ ਘੱਟ ਤੋਂ ਘੱਟ ਖਰਚ ਕਰਕੇ ਜਿਹੜੇ ਸਾਡੇ ਘਰਾਂ ਦੇ ਸਮਾਗਮ ਨੇ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ, ਭਾਵ ਕਿ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਹੀ ਸਾਰੇ ਕਾਰਜ ਕੀਤੇ ਜਾਣ, ਤਾਂ ਕਿ ਅਸੀਂ ਫਜ਼ੂਲ ਖਰਚੀ ਤੋਂ ਬਚ ਸਕੀਏ। ਔਰ ਇਸੇ ਪ੍ਰਕਾਰ ਹੀ ਜਿਹੜੀਆਂ ਬੇਲੋੜੇ ਮੁੱਦੇ ਅਸੀਂ ਆਪਸ ਵਿੱਚ ਦੀ ਉਲਝ ਕੇ ਪੈਦਾ ਕਰਦੇ ਹਾਂ, ਉਹਨਾਂ ਬੇਲੋੜੇ ਮੁੱਦਿਆਂ ਤੋਂ ਸਾਨੂੰ ਸਾਰਿਆਂ ਨੂੰ ਵਿਚਾਰ ਰੱਖਣਾ ਚਾਹੀਦਾ ਹੈ। ਦੇਸ਼ ਵਿਦੇਸ਼ ਦੀਆਂ ਜਿਤਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸਾਲ ਵਿੱਚ ਇੱਕ ਅੰਮ੍ਰਿਤ ਸੰਚਾਰ ਸਮਾਗਮ ਜ਼ਰੂਰ ਕਰਾਉਣ ਦਾ ਉਪਰਾਲਾ ਕਰਨ, ਤਾਂ ਕਿ ਸਮੁੱਚੀ ਕੌਮ ਅੰਮ੍ਰਿਤਧਾਰੀ ਹੋ ਕੇ ਬਾਣੀ 'ਤੇ ਬਾਣੇ ਦੇ ਹੋ ਸਕੀਏ। ਔਰ ਜਿਹੜੀਆਂ ਸਾਡੇ ਗੁਰਦੁਆਰਿਆਂ ਦੇ ਵਿੱਚ ਆਪਸੀ ਲੜਾਈਆਂ ਝਗੜੇ ਨੇ, ਉਹਨਾਂ ਲੜਾਈਆਂ ਝਗੜਿਆਂ ਨੂੰ ਅਸੀਂ ਕੋਰਟਾਂ ਵਿੱਚ ਜਾ ਕੇ ਕਰੋੜਾਂ ਰੁਪਈਏ ਬਰਬਾਦ ਕਰਦੇ ਹਾਂ, ਉਹ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਹੱਲ ਕਰ ਲੈਣੇ ਚਾਹੀਦੇ ਨੇ। ਔਰ ਗੁਰੂ ਕੀ ਗੋਲਕ ਦਾ ਪੈਸਾ ਜਿਹੜਾ ਹੈ ਇਹ ਵਿੱਦਿਆ ਦੇ ਉੱਤੇ ਖਰਚ ਕੀਤਾ ਜਾਵੇ ਜਾਂ ਗਰੀਬ ਬੱਚਿਆਂ ਦੀ ਸਹਾਇਤਾ ਕੀਤੀ ਜਾਵੇ। ਔਰ ਗਰੀਬ ਜਿਹੜੇ ਪਛੜੇ ਹੋਏ ਇਲਾਕੇ ਨੇ ਉਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ, ਗਰੀਬ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ, ਜੋ ਸਾਨੂੰ ਗੁਰੂ ਸਾਹਿਬ ਜੀ ਨੇ ਸਿਧਾਂਤ ਬਖਸ਼ਿਸ਼ ਕੀਤਾ ਹੈ। ਸਮੁੱਚੇ ਖਾਲਸਾ ਪੰਥ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅੱਜ ਦੇ ਬੰਦੀ ਛੋੜ ਦਿਵਸ ਦੇ ਉੱਤੇ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਰਕਾਰ ਨੇ
ਪ੍ਰਸ਼ਾਸਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਔਰ ਬਰਾਬਰ ਤੋਂ ਵੀ ਜੋ ਕਰਮਚਾਰੀ ਬੁਲਾਏ ਗਏ ਨੇ, ਉਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਉਪਰਾਲੇ ਕੀਤੇ ਨੇ। ਬਹੁਤ ਵਧੀਆ ਇੱਕ ਪਲੈਨ ਬਣਾ ਕੇ ਢੰਗ ਦੇ ਨਾਲ ਸੰਗਤਾਂ ਨੂੰ ਦਰਸ਼ਨ ਕਰਵਾਉਣ ਵਾਸਤੇ, ਸੰਗਤਾਂ ਦੇ ਲੰਗਰ ਛਕਾਉਣ ਵਾਸਤੇ ਪ੍ਰਬੰਧ ਕੀਤੇ ਨੇ। ਇਸ ਕਰਕੇ ਇਹ ਪ੍ਰੋਗਰਾਮ ਬੰਦੀ ਛੋੜ ਦਿਵਸ ਹੈ, ਬਹੁਤ ਅਮਨ ਸ਼ਾਂਤੀ ਨਾਲ ਹੋਇਆ ਹੈ। ਹਮੇਸ਼ਾ ਸਾਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ, ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ। ਫਿਰ ਮੈਂ ਬੇਨਤੀ ਕਰਦੇ ਹਾਂ ਕਿ ਜੋ ਜੇਲ੍ਹਾਂ ਵਿੱਚ ਬੜੇ ਲੰਬੇ ਸਮੇਂ ਤੋਂ ਸਾਡੇ ਨੌਜਵਾਨ ਜਿਹੜੇ ਬੰਦ ਨੇ, ਹੁਣ ਤੋਂ ਵਿਚਾਰੇ ਬਜ਼ੁਰਗ ਹੋ ਚੁੱਕੇ ਨੇ, ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨਾ ਚਾਹੀਦਾ ਹੈ, ਔਰ ਜਿਹੜੀਆਂ ਪਰੋਲਾਂ ਜਿਨ੍ਹਾਂ ਦੀਆਂ ਬੰਦ ਕੀਤੀਆਂ ਉਹਨਾਂ ਨੂੰ ਪਰੋਲਾਂ ਦੁਬਾਰਾ ਦੇਣੀਆਂ ਚਾਹੀਦੀਆਂ ਨੇ, ਔਰ ਪਰੋਲ ਤੋਂ ਉਹਨਾਂ ਨੂੰ ਰਿਹਾਈ ਵੀ ਕਰਨਾ ਚਾਹੀਦਾ ਹੈ, ਤਾਂ ਕਿ ਉਹ ਸਾਰੇ ਹੀ ਆਪਣੇ ਸਮਾਜ ਵਿੱਚ ਰਹਿ ਕੇ, ਆਪਣੇ ਪਰਿਵਾਰਾਂ ਵਿੱਚ ਰਹਿ ਕੇ ਦੇਸ਼ ਦੀ ਤਰੱਕੀ ਵਾਸਤੇ ਆਪਣੇ ਜਿਹੜੇ ਯੋਗਦਾਨ ਪਾ ਸਕਣ। ਸਰਕਾਰ ਆਪਣਾ ਦੂਸਰਾ ਪ੍ਰਸ਼ਾਸਨ ਦਾ ਕੰਮ ਹੈ, ਪ੍ਰਸ਼ਾਸਨ ਉਹਦੀ ਪੜਤਾਲ ਕਰ ਰਹੀ ਹੈ ਜੀ, ਕੀ ਮਸਲਾ ਹੈ, ਕਿਉਂ ਹੋਇਆ, ਕਿਸ ਨੇ ਕੀਤਾ। ਠੀਕ ਹੈ ਚਾਚਾ।